ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 study point ਤੇ ਅਤੇ ਤੁਹਾਨੂੰ ਪਤਾ ਹੀ ਹੈ ਪੀਐਸ ਸਪੈਸ਼ਲ ਇਲਮ ਦੀਆਂ ਜੋ ਪੋਸਟਾਂ ਆਈਆਂ ਹੋਈਆਂ ਨੇ ਉਹਨਾਂ ਦੀ ਤਿਆਰੀ ਆਪਾਂ ਫ੍ਰੀ ਆਫ ਕੋਸਟ ਇਸ ਚੈਨਲ ਤੇ ਕਰਵਾ ਰਹੇ ਹਾਂ ਉਮੀਦ ਹੈ ਤੁਸੀਂ ਜ਼ਰੂਰ ਪਸੰਦ ਕਰਦੇ ਹੋਵੋਗੇ ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਐਮਸੀਕਿਊ ਲੈ ਕੇ ਹਾਜ਼ਰ ਹੋਇਆ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੇ ਚੈਨਲ ਪੀਵੀ 70 ਸਟੱਡੀ ਪੁਆਇੰਟ ਤੇ ਜਿਹੜੇ ਦੋਸਤ ਸਾਡੇ ਚੈਨਲ ਤੇ ਨਵੇਂ ਆਏ ਹਨ ਇਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀਆਂ ਹਰੇਕ ਵੀਡੀਓ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਵੀਡੀਓ ਨੂੰ ਵਾਤਵਾਰ ਗੁਰਪੰਛ ਸ਼ੇਅਰ ਐਂਡ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਣਾ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਵੇ ਕਰਦੇ ਆਂ ਵੀਡੀਓ ਨੂੰ ਸ਼ੁਰੂ ਤਾਂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਬਿਜਲੀ ਸਮਗਰੀ ਦਾ ਉਹ ਗੁਣ ਜਿਸ ਰਾਹੀ ਉਸ ਵਿੱਚ ਕਰੰਟ ਵਗਦਾ ਹੈ ਹਾਂਜੀ ਮੋਸਟ ਇੰਪੋਰਟੈਂਟ ਕੁਸਚਨ ਹੈ ਪਹਿਲਾ ਫਸਟੀ ਬਿਜਲੀ ਸਮਗਰੀ ਦਾ ਉਹ ਗੁਣ ਜਿਸ ਰਾਹੀ ਉਸ ਵਿੱਚ ਕਰੰਟ ਵਗਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਜੀ ਅਗਹਿਰਤਾ ਦੂਸਰੀ ਹੈ ਪ੍ਰੇਰਕ ਤੀਸਰੀ ਹੈ ਚਾਲਕਤਾ ਅਤੇ ਚੌਥੀ ਹੈ ਪ੍ਰਤੀਰੋਧ तो दोस्तों इसका जो सही आंसर हो जाएगा वो हो जाएगा जी चालकता ठीक है दोस्तों चालकता नेक्स्ट क्वेश्चन की गल करिए जी चालकता की इकाई की है चालकता की इकाई की है तो ऑप्शन थोड़े सामने हैं पहली है महो दूसरी है ओहम तीसरी है महोमीटर चौथी है ता इसका जो सही आंसर हो जाएगा दोस्तों वो है महो प्रति मीटर प्रति मीटर ठीक है दोस्तों चलते हैं नैक्सट क्वेश्चन किस ई एम एफ देोत की लड़ पी है किस ई एम एफ स्रोत की लड़ है तो ऑप्शन थोड़े सामने दिखाई हैं पहली है ਇਲੈਕਟ੍ਰੋਨਾਂ ਨੂੰ ਰੋਕਣ ਲਈ ਦੂਸਰੀ ਹੈ ਪਰਮਾਨੂਆਂ ਨੂੰ ਇਲੈਕਟ੍ਰੋਨ ਨਾਲ ਇਨਸੂਲੇਟਡ ਕਰਨ ਲਈ ਤੀਸਰੀ ਹੈ ਇਲੈਕਟ੍ਰੋਨ ਨੂੰ ਗਤੀ ਪ੍ਰਦਾਨ ਕਰਨ ਲਈ ਅਤੇ ਚੌਥੀ ਹੈ ਕੋਈ ਨਹੀਂ ਤਾਂ ਇਸ ਦਾ ਦੋਸਤੋ ਸਹੀ ਆਨਸਰ ਹੈ ਇਲੈਕਟ੍ਰੋਨ ਨੂੰ ਗਤੀ ਪ੍ਰਦਾਨ ਕਰਨ ਲਈ ਆਪਸ਼ਨ 3rd ਇਸ ਦਾ ਬਿਲਕੁਲ ਰਾਈਟ ਆਨਸਰ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਸ਼ਾਰਟ ਸਰਕਟ ਹੋਣ ਤੇ ਸਰਕਟ ਵਿੱਚ ਕਿੰਨਾ ਕਰੰਟ ਵਗਦਾ ਹੈ ਜਦੋਂ ਸ਼ਾਰਟ ਸਰਕਟ ਹੋ ਜਾਵੇ ਤਾਂ ਸਰਕਟ ਵਿੱਚ ਕਿੰਨਾ ਕਰੰਟ ਵਗਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਜ਼ੀਰੋ ਦੂਸਰੀ ਹੈ ਬਹੁਤ ਘੱਟ ਤੀਸਰੀ ਹੈ ਸਧਾਰਨ ਅਤੇ ਚੌਥੀ ਹੈ ਅਨੰਤ ਤਾਂ ਦੋਸਤੋ ਇਸ ਦਾ ਜੋ ਬਿਲਕੁਲ ਸਹੀ ਆਨਸਰ ਹੈ ਉਹ ਹੈ ਅਨੰਤ राइट दोस्तों चलते हैं अपन नेक्स्ट क्वेश्चन पे एक अजेहा बिजली सर्किट जिस ਵਿੱਚ अनंत प्रतिरोध ਹੁੰਦਾ ਹੈ हां जी ऑप्शन ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ オーپن ਸਰਕਟ ਦੂਸਰੀ ਹੈ ਸ਼ਾਰਟ ਤੀਸਰੀ ਹੈ ਗਰਾਉਂਡ ਅਤੇ ਚੌਥੀ ਹੈ ਐਡਾ ਅਤੇ ਈਡੀ ਦੋਵੇਂ तो दोस्तों ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ओपन ओपन सर्किट आगे चलते हैं अपन नेक्स्ट क्वेश्चन पे दोस्तों एक खुले सर्किट में की होता है एक ओपन सर्किट में की होता है ऑप्शन ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਜੀ ਪਹਿਲੀ ਹੈ ਪ੍ਰਤੀਰੋਧ ਤੇ ਕਰੰਟ ਦੋਵੇਂ ਜ਼ੀਰੋ ਦੂਸਰੀ ਹੈ ਪ੍ਰਤੀਰੋਧ ਜ਼ੀਰੋ ਕਰੰਟ ਅਨੰਤ ਤੀਸਰੀ ਹੈ ਪ੍ਰਤੀਰੋਧ ਤੇ ਕਰੰਟ ਦੋਵੇਂ ਅਨੰਤ चौथी है प्रतिरोध अनंत करंट जीरो तो इसका जो सही आंसर है प्रतिरोध अनंत करंट जीरो ठीक है दोस्तों अगर चलते हैं नैक्सट क्वेश्चन दोस्तों अजिहा सर्किट जिस ऊर्जा स्रोत ने ना ही ई एम एफ स्रोत है ਦੁਬਾਰਾ ਤੋਂ ਮੈਂ ਕੁਐਸਚਨ ਨੂੰ ਰਿਪੀਟ ਕਰਦਾ ਹਾਂ ਦੋਸਤੋ ਅਜਿਹਾਂ ਸਰਕਟ ਜਿਸ ਵਿੱਚ ਨਾ ਤਾਂ ਊਰਜਾ ਸਰੋਤ ਨੇ ਤੇ ਨਾ ਹੀ ਈਐਮ ਸਰੋਤ ਨੇ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਸ਼ਾਰਟ ਸਰਕਟ ਦੂਸਰੀ ਹੈ ਓਪਨ ਸਰਕਟ ਤੀਸਰੀ ਹੈ ਅਕਰਾਸ਼ੀਲ ਸਰਕਟ ਚੌਥੀ ਹੈ ਕਿਰਿਆਸ਼ੀਲ ਸਰਕਟ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਅ ਕਿਰਿਆਸ਼ੀਲ ਸਰਕਟ ரைਟ ਦੋਸਤੋ ਕਿ ਚਲਦੇ ਆਪਾਂ ਨੈਕਸਟ ਕੁਸਚਨ ਤੇ ਕਿਹੜਾ ਸਥਾਨ ਇੱਕ ਸੀਰੀਜ਼ ਅਤੇ ਸਮਾਂਤਰ ਡੀਸੀ ਸਰਕਟ ਲਈ ਸਹੀ ਹੈ ਕਿਹੜਾ ਸਥਾਨ ਇੱਕ ਸੀਰੀਜ਼ ਅਤੇ ਸਮਾਂਤਰ ਡੀਸੀ ਸਰਕਟ ਲਈ ਸਹੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਐਲੀਮੈਂਟ ਵਿੱਚ ਅਲੱਗ-ਅਲੱਗ ਕਰੰਟ ਹੁੰਦਾ ਹੈ ਦੂਸਰੀ ਹੈ ਦੋਵਾਂ ਵਿੱਚ ਕਰੰਟ ਜੁੜਦਾ ਹੈ ਤੀਸਰੀ ਹੈ ਦੋਵਾਂ ਵਿੱਚ ਵੋਲਟੇਜ ਜੁੜਦੀ ਹੈ ਅਤੇ ਚੌਥੀ ਹੈ ਦੋਵਾਂ ਵਿੱਚ ਪਾਵਰ ਜੁੜਦੀ ਹੈ ਆ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ 2 ਦੋਵਾਂ ਵਿੱਚ ਪਾਵਰ ਜੁੜਦੀ ਹੈ ਦੋਵਾਂ ਵਿੱਚ ਪਾਵਰ ਜੁੜਦੀ ਹੈ ਬਿਲਕੁਲ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਦੋਸਤੋ ਅੱਗੇ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਸਰਕਟ ਵਿੱਚ ਕਰੰਟ ਦੇ ਪ੍ਰਵਾਹ ਪ੍ਰਵਾਹ ਨੂੰ ਦੇ ਵਿਰੋਧ ਨੂੰ ਕੀ ਕਹਿੰਦੇ ਹਨ ऑप्शन तो सामने दतिया हुई पहली है कंडक्टेंस दूसरी है रजिस्टेंस तीसरी है वोल्टेज और चौथी है जो सही आंसर है दोस्तों वो है रजिस्टेंस कि रजिस्टेंस सो उम्मीद है तो थे वीडियो जरूर पसंद आ रही होनी है सो बेनती है वीडियो में वो तो वो शेयर कॉमेंट जरूर करो ਅਤੇ ਜਿਨਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਛੋਟੀ ਜੀ ਬੇਨਤੀ ਹੈ ਕਿ ਇੱਕ ਆਪਦੀ ਫਿੰਗਰ ਦੇ ਨਾਲ ਤੁਸੀਂ ਸਬਸਕ੍ਰਾਈਬ ਬਟਨ ਜ਼ਰੂਰ ਟੱਚ ਕਰ ਲੈਣਾ ਹੈ ਰਾਈਟ ਦੋਸਤੋ ਅੱਗੇ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਇਹਨਾਂ ਵਿੱਚੋਂ ਕਿਹੜਾ ਲੈਂਪ ਦੇ ਸਮਾਂਤਰ ਕਨੈਕਸ਼ਨ ਵਿੱਚ ਇੱਕੋ ਜਾਂ ਰਹਿੰਦਾ ਹੈ ਇਹਨਾਂ ਵਿੱਚੋਂ ਕਿਹੜਾ ਲੈਂਪ ਦੇ ਸਮਾਂਤਰ ਕਨੈਕਸ਼ਨ ਵਿੱਚ ਇੱਕੋ ਜਿਹਾ ਰਹਿੰਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਵੋਲਟੇਜ ਦੂਸਰੀ ਹੈ ਊਰਜਾ ਤੀਸਰੀ ਹੈ ਕਰੰਟ ਅਤੇ ਚੌਥੀ ਹੈ ਬਿਜਲੀ ਖਪਤ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਵੋਲਟੇਜ ਵੋਲਟੇਜ ਅਗਿਆਪ ਗੱਲ ਕਰਦੇ ਆ ਦੋਸਤੋ ਨੈਕਸਟ ਕੁਐਸਚਨ ਦੀ ਉੜਦੇ ਜਹਾਜ਼ ਦੁਆਰਾ ਪੈਦਾ ਕੀਤੀ ਊਰਜਾ ਕੀ ਕਹਾਉਂਦੀ ਹੈ ਉੜਦੇ ਜਹਾਜ਼ ਦੇ ਵਿੱਚ ਊਰਜਾ ਉੜਦੇ ਜਹਾਜ ਦੁਆਰਾ ਪੈਦਾ ਕੀਤੀ ਊਰਜਾ ਕੀ ਕਹੋਂਦੀ ਹੈ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਸਥਿਤ ਊਰਜਾ ਦੂਸਰੀ ਹੈ ਗਤੀਜ ਊਰਜਾ ਤੀਸਰੀ ਹੈ ਬਿਜਲੀ ਊਰਜਾ ਤੇ ਚੌਥੀ ਹੈ ਉੜਾ ਤੇ ਐੜਾ ਦੋਵੇਂ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਸਥਿਤ ਊਰਜਾ ਤੇ ਗਤੀਦ ਊਰਜਾ ਠੀਕ ਹੈ ਦੋਸਤੋ पर चलते हैं नैक्सट क्वेश्चन बिजली ऊर्जा किाप्त की सकती है ऊर्जा किाप्त की जा सकती है, बिजली जा सकती है? थोड़े सामने हुई पहली है यात्रिक ऊर्जा दूसरी है रसायनिक ऊर्जा तीसरी है प्रकाश ऊर्जा चौथी है जल ऊर्जा हाँ जी दोस्तों, तो दोस्तों इसका जो सही आंसर हो जाएगा ਉਹ ਹੈ ਉਪਰੋਕਤ ਸਾਰੇ ਠੀਕ ਹੈ ਦੋਸਤੋ ਤਾਂ ਜੋ ਯਾਤ੍ਰਿਕ ਊਰਜਾ ਤੋਂ ਕਿਹੜੀ ਊਰਜਾ ਪ੍ਰਾਪਤ ਹੁੰਦੀ ਹੈ ਜਨਿਤਰ ਠੀਕ ਹੈ ਦੋਸਤੋ ਰਸਾਇਣਿਕ ਊਰਜਾ ਤੋਂ ਸੈੱਲ ਪ੍ਰਕਾਸ਼ ਊਰਜਾ ਤੋਂ ਸੋਲਰ ਸੈੱਲ ਅਤੇ ਜਲ ਊਰਜਾ ਤੋਂ ਹਾਈਡਰੋ ਟਰਬਾਈਨ ਠੀਕ ਹੈ ਦੋਸਤੋ ਅੱਗੇ ਆਪਾਂ ਚੱਲਦੇ ਆਂ ਨੈਕਸਟ ਕੁਐਸਚਨ ਤੇ ਇਹਨਾਂ ਵਿੱਚੋਂ इन्हों बिजली ऊर्जा का पारपरिक स्रोत नहीं है पारपरिक स्रोत नहीं है तो ऑप्शन तो सामने दतिया हुई हैं दोस्तों पहली है हवा दूसरी है गैस तीसरी है कोयला चौथी है डीजल पेट्रोल तो इसका जो सही आंसर है दोस्तों वो है हवा अगे चलते हैं नैक्सट क्वेश्चन दोस्तों ਇਹਨਾਂ ਵਿੱਚੋਂ ਕਿ ਕਿਹੜੇ ਵਿੱਚੋਂ ਬਿਜਲੀ ਲੰਘ ਸਕਦੀ ਹੈ ਹਾਂਜੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੇ ਹਨ ਪਾਣੀ ਟਾਰੀ ਲਿਮ ਮਨੁੱਖੀ ਸਰੀਰ ਤੇ ਕਾਪਰ ਤੇ ਆਪਸ਼ਨ ਲਾਸਟ ਆ ਸਾਰੇ ਤਾਂ ਇਸ ਦਾ ਜੋ ਸਹੀ ਅਨਸਰ ਹੋ ਜਾਏਗਾ ਉਹ ਇਹ ਸਾਰੇ ਠੀਕ ਹੈ ਦੋਸਤੋ ਇਹ ਸਾਰੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਲਾਊਡ ਸਪੀਕਰ ਵਿੱਚ ਕਿਹੜੀ ਊਰਜਾ ਧੁਨੀ ਊਰਜਾ ਵਿੱਚ ਬਦਲਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਯੰਤਰਿਕ ਕੰਪਨ ਊਰਜਾ ਦੂਸਰੀ ਹੈ ਬਿਜਲੀ ਊਰਜਾ ਤੀਸਰੀ ਹੈ ਪ੍ਰਕਾਸ਼ ਊਰਜਾ ਅਤੇ ਚੌਥੀ ਹੈ ਤਾਪ ਊਰਜਾ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਬਿਜਲੀ ਊਰਜਾ ਠੀਕ ਹੈ ਦੋਸਤੋ ਸੋ ਦੋਸਤੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ। ਅਤੇ ਵੀਡੀਓ ਨੂੰ ਵੱਤੋਂ ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਣਾ। ਸੋ ਮਿਲਦੇ ਆ ਨੈਕਸਟ ਕਲਾਸ ਵਿੱਚ। ਥੈਂਕ ਯੂ ਵੈਰੀ ਮੱਚ।